ਆਪ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ। ਅੱਜ ਮੌਸਮ ਬੜਾ ਵਧੀਆ, ਕੱਲ ਬੜੀ ਬਾਰਿਸ਼ ਹੋਈ ਸੀ। ਉਹ ਇੱਕ ਕੁੜੀ ਮੁੰਡੇ ਨੂੰ ਕਹਿੰਦੀ, ਜਦੋਂ ਸਾਵਣ ਆਉਂਦਾ ਮੈਨੂੰ ਤੇਰੀ ਯਾਦ ਆਉਂਦੀ ਹੈ, ਜਦੋਂ ਬੱਦਲ ਆਉਂਦੇ ਨੇ ਮੈਨੂੰ ਤੇਰੀ ਯਾਦ ਆਉਂਦੀ ਹੈ, ਜਦੋਂ ਬਾਰਿਸ਼ ਹੁੰਦੀ ਹੈ ਮੈਨੂੰ ਤੇਰੀ ਯਾਦ ਆਉਂਦੀ ਹੈ। ਮੁੰਡਾ ਕਹਿੰਦਾ, ਪਤਾ ਪਤਾ, ਤੇਰੀ ਛੱਤਰੀ ਮੇਰੇ ਕੋਲ ਹੈ, ਰੋਈ ਨਾ ਜਾ, ਵਾਪਸ ਕਰ ਦਿਆਂਗਾ। ਤਾਲੀਆਂ ਮਾਰ ਸਕਦੇ ਹੋ ਜ਼ੋਰ ਨਾਲ। ਆਪਾਂ ਹੱਸਣਾ, ਮੁਸਕੁਰਾਉਣਾ ਤੇ ਖੁਸ਼ ਰਹਿਣਾ ਇਹ 5-7 ਮਿੰਟ, ਉਸ ਤੋਂ ਬਾਅਦ ਜੋ ਹੋਏਗਾ ਉਹਦੀ ਕੋਈ ਮੇਰੀ ਜ਼ਿੰਮੇਵਾਰੀ ਨਹੀਂ। ਪਤੀ ਛੱਤ ਤੇ ਚੜ੍ਹ ਜਾਂਦਾ, ਛੱਤ ਤੇ ਜਾ ਰਿਹਾ ਸੀ ਤੇ ਪਤਨੀ ਕਹਿੰਦੀ ਹੈ, ਕੀ ਕਰਨ ਜਾ ਰਹੇ ਹੋ ਛੱਤ ਤੇ? ਉਹ ਕਹਿੰਦਾ, ਗਰਮੀਆਂ ਨੇ ਚਿੜੀਆਂ ਨੂੰ ਪਾਣੀ ਪਾਉਣ ਜਾ ਰਿਹਾ। ਤੇ ਪਤਨੀ ਕਹਿੰਦੀ, ਆ ਜਾਓ ਥੱਲੇ, ਸਾਰੀਆਂ ਪੇਕੇ ਗਈਆਂ ਹੋਈਆਂ ਨੇ। ਪਤਨੀ ਕਹਿੰਦੀ, ਵਿਆਹ ਤੋਂ ਪਹਿਲਾਂ ਬੜਾ ਗੁਰਦੁਆਰੇ ਜਾਂਦੇ ਸੀ, ਮੰਦਰ ਜਾਂਦੇ ਸੀ, ਹੁਣ ਅੱਜ ਕੱਲ੍ਹ ਜਾਣਾ ਹੀ ਬੰਦ ਕਰ ਦਿੱਤਾ ਜੇ। ਤੇ ਪਤੀ ਕਹਿੰਦਾ, ਫਿਰ ਮੇਰਾ ਤੇਰੇ ਨਾਲ ਵਿਆਹ ਹੋ ਗਿਆ, ਮੇਰਾ ਤਾਂ ਰੱਬ ਤੋਂ ਵਿਸ਼ਵਾਸ ਹੀ ਉੱਠ ਗਿਆ। ਇੱਕ ਬੱਚਾ ਪੜ੍ਹਾਈ ਵਾਸਤੇ ਗਿਆ ਤੇ ਉਹ ਟੀਚਰ ਨੇ ਨਾ ਪਹਿਲੀ ਵਾਰੀ ਆਈ ਸੀ, 4 ਸਾਲ ਦਾ ਬੱਚਾ ਸੀ। ਤੇ ਟੀਚਰ ਨੇ ਪੁੱਛਿਆ, ਵੀ ਤੇਰੀ ਮੰਮੀ ਦਾ ਕੀ ਨਾਂ ਹੈ? ਤੇ ਬੱਚਾ ਕਹਿਣ ਲੱਗਿਆ, ਮੇਰੀ ਮੰਮੀ ਦਾ ਨਾਂ ਹੈ ਡਾਰਲਿੰਗ, ਕਿਉਂਕਿ ਮੇਰੇ ਡੈਡੀ ਉਹਨਾਂ ਨੂੰ ਇਹੀ ਬੁਲਾਉਂਦੇ ਨੇ। ਉਹ ਬੜੀ ਖੁਸ਼ ਹੋਈ ਤੇ ਕਹਿਣ ਲੱਗੀ, ਬੜੀ ਚੰਗੀ ਗੱਲ ਹੈ, ਤੇ ਮੰਮੀ ਦਾ ਫਸਟ ਨੇਮ ਕੀ ਹੈ? ਕਹਿੰਦਾ, ਸੌਰੀ, ਕਿਉਂਕਿ ਡੈਡੀ ਆਰੂਕਾ ਸੌਰੀ ਡਾਰਲਿੰਗ ਹੀ ਕਹਿੰਦੇ ਸੀ। ਇੱਕ ਆਦਮੀ ਨੇ ਫੋਨ ਕੀਤਾ ਕਿਸੇ ਔਰਤ ਨੂੰ, ਪੰਮੀ ਨੂੰ, ਉਹਦੇ ਸੈੱਲਫੋਨ ਵਿੱਚ ਪੰਮੀ ਉਹਨੇ ਫੋਨ ਕੀਤਾ ਤੇ ਉਹ ਪੁੱਛਣ ਲੱਗੀ ਕਿ ਕੌਣ ਬੋਲ ਰਿਹਾ? ਉਹ ਕਹਿੰਦਾ, ਮੈਂ ਅਮਨ ਬੋਲ ਰਿਹਾ, ਤੇਰਾ ਆਸ਼ਕ ਬੋਲ ਰਿਹਾ ਮੈਂ। ਤੇ ਉਹ ਕਹਿਣ ਲੱਗੀ ਕਿ ਅੱਛਾ, ਤੇਰਾ ਨਾਂ ਰਮਨ ਹੈ? ਉਹ ਕਹਿੰਦਾ, ਹਾਂ ਮੇਰਾ ਨਾਂ ਰਮਨ ਹੈ। ਤੇ ਉਹ ਕਹਿੰਦੀ, ਤੇਰੇ ਡੈਡੀ ਦਾ ਨਾਂ ਚਮਨ ਹੈ? ਉਹ ਕਹਿੰਦਾ, ਹਾਂ। ਉਹ ਕਹਿੰਦੀ, ਤੂੰ ਪੰਮੀ ਨੂੰ ਨਹੀਂ, ਤੂੰ ਮੰਮੀ ਨੂੰ ਫੋਨ ਕਰ ਦਿੱਤਾ, ਕਹਦਾ ਮੈਂ ਤੇਰੀ ਖਬਰ ਲੈਂਦੀ ਹਾਂ। ਦੇਖੋ ਜੀ, ਸਹੁਰੇ ਘਰ ਵਿੱਚ ਸਭ ਤੋਂ ਜ਼ਿਆਦਾ ਇੱਜ਼ਤ ਜਵਾਈ ਦੀ ਹੁੰਦੀ ਹੈ। ਇੱਕ ਜਵਾਈ ਹੈ ਜਿਹਦੀ ਸਭ ਤੋਂ ਜ਼ਿਆਦਾ ਇੱਜ਼ਤ ਹੁੰਦੀ ਹੈ। ਤੇ ਕਿਸੇ ਪੁੱਛਿਆ, ਕਿਉਂ ਬਈ? ਉਹ ਕਹਿਣ ਲੱਗੇ ਕਿ ਇਸ ਕਰਕੇ ਕਿ ਇਸ ਘਰ ਦੇ ਤੂਫਾਨ ਨੂੰ ਉਹਨੇ ਹੀ ਸਾਂਭ ਕੇ ਰੱਖਿਆ ਹੋਇਆ। ਇੱਕ ਪਤਨੀ ਕਹਿਣ ਲੱਗੀ, ਉਹਦਾ ਵਿਆਹ ਹੋਇਆ ਸੀ ਤੇ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਤੁਸੀਂ ਦੱਸਿਆ ਕਿਉਂ ਨਹੀਂ ਸੀ ਕਿ ਤੁਹਾਡੀ ਰਾਣੀ ਨਾਂ ਦੀ ਇੱਕ ਪਤਨੀ ਪਹਿਲਾਂ ਵੀ ਹੈਗੀ ਆ? ਤਾਂ ਉਹ ਕਹਿਣ ਲੱਗਿਆ, ਮੈਂ ਤਾਂ ਤੈਨੂੰ ਦੱਸਿਆ ਸੀ ਕਿ ਮੈਂ ਤੈਨੂੰ ਰਾਣੀ ਵਾਂਗ ਰੱਖਾਂਗਾ। ਇਹ ਪਿੱਛੇ ਜੇ ਕ੍ਰਿਕਟ ਦਾ ਮੈਚ ਹੋਇਆ ਤੇ ਕਈ ਮੈਚ ਜਿਹੜੇ ਨੇ ਨਾ ਉਹ ਰੱਦ ਹੋ ਗਏ। ਇੱਕ ਅਨਾਊਂਸਮੈਂਟ ਹੋ ਰਹੀ ਸੀ ਕਿ ਬਾਰਿਸ਼ ਕਰਕੇ ਨਾ ਮੈਚ ਰੱਦ ਹੋ ਗਿਆ ਤੇ ਇੱਕ ਆਦਮੀ ਬੜਾ ਭੜਕਣ ਲੱਗ ਪਿਆ, ਕਹਿਣ ਲੱਗਿਆ ਵੀ ਮੇਰਾ ਵਿਆਹ ਹੋਇਆ ਸੀ, ਉਦੋਂ ਵੀ ਤਾਂ ਬਾਰਿਸ਼ ਹੋਈ ਸੀ, ਉਦੋਂ ਕੁਝ ਨਹੀਂ ਸੀ ਹੋਇਆ।
ਇਹ ਨਾ ਆਪਾਂ ਇੱਥੇ ਆਉਂਦੇ ਹਾਂ ਕੈਨੇਡਾ ਅਮੈਰੀਕਾ ਵਿੱਚ, ਅਸੀਂ ਗੋਰੇ ਗੋਰੀਆਂ ਨਾਲ ਸਾਰੇ ਕੰਮ ਕਰਦੇ ਹਾਂ, ਫਿਰ ਇੱਕ ਦੂਜੇ ਦਾ ਆਪਣੇ ਰੀਤੀ ਰਿਵਾਜ਼ ਐਕਸਚੇਂਜ ਕਰਦੇ ਹਾਂ। ਇੱਕ ਗੋਰਾ ਕਹਿਣ ਲੱਗਿਆ ਕਿ ਯਾਰ ਮੈਨੂੰ ਤੁਹਾਡੀ ਨਾ ਇੱਕ ਗੱਲ ਦੀ ਬਿਲਕੁਲ ਸਮਝ ਨਹੀਂ ਆਈ ਕਿ ਤੁਹਾਡੀ ਅਰੇਂਜ ਮੈਰਿਜ ਹੁੰਦੀ ਆ, ਤੁਸੀਂ ਇੱਕ ਔਰਤ ਨੂੰ ਜਾਣਦੇ ਨਹੀਂ ਅਤੇ ਉਹਦੇ ਨਾਲ ਵਿਆਹ ਕਰਾ ਲੈਂਦੇ ਹੋ। ਤਾਂ ਉਹ ਆਪਣਾ ਦੇਸੀ ਕਹਿਣ ਲੱਗਿਆ ਮੈਨੂੰ ਵੀ ਇਹ ਗੱਲ ਦੀ ਸਮਝ ਨਹੀਂ ਲੱਗੀ ਕਿ ਤੁਹਾਡੇ ਵਿੱਚ ਔਰਤ ਨੂੰ ਜਾਣਨ ਤੋਂ ਬਾਅਦ ਕਿਵੇਂ ਵਿਆਹ ਕਰਾ ਲੈਂਦੇ ਹੋ ਤੁਸੀਂ। ਪਤਨੀ ਗੁਜ਼ਰ ਰਹੀ ਸੀ, ਆਖਰੀ ਸਵਾਸਾਂ 'ਤੇ ਸੀ ਅਤੇ ਜਾਣ ਲੱਗਿਆਂ ਆਪਣੇ ਪਤੀ ਨੂੰ ਕਹਿੰਦੀ ਚੰਗਾ ਮੈਂ ਚੱਲਦੀ ਹਾਂ, ਹੁਣ ਆਪਾਂ ਨਾ ਸਵਰਗ 'ਚ ਮਿਲਾਂਗੇ। ਲਓ ਜੀ, ਉਸ ਤੋਂ ਬਾਅਦ ਪਤੀ ਨੇ ਸ਼ਰਾਬ ਪੀਣੀ ਸ਼ੁਰੂ ਕਰਤੀ, ਜੂਆ ਖੇਲਣਾ ਸ਼ੁਰੂ ਕਰਤਾ, ਹਰ ਬੁਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਭਾਵੇਂ ਕੁਝ ਹੋ ਜਾਏ ਮੈਂ ਸਵਰਗ ਨਹੀਂ ਜਾਣਾ। ਥੈਂਕ ਯੂ ਸੋ ਮਚ, ਖੁਸ਼ ਰਹੋ, ਖੁਸ਼ਹਾਲ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ।